ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਮੇਰੇ ਸਾਰੇ ਵੀਰਾਂ ਭੈਣਾਂ ਅਤੇ ਮਾਤਾਵਾਂ ਨੂੰ ਸਤਿ ਸ਼੍ਰੀ ਅਕਾਲ। ਸੋ ਅੱਜ ਆਪਾਂ ਜਿਸ ਟੌਪਿਕ 'ਤੇ ਗੱਲ ਕਰਨ ਜਾ ਰਹੇ ਹਾਂ, ਹੈ ਨਾ, ਜਿਹੜੀ ਤੁਸੀਂ ਅੱਜ ਵੀਡੀਓ ਦੇਖੋਗੇ ਅੱਗੇ ਜਾ ਕੇ, ਇਹ ਵੀਡੀਓ ਆ ਗਈ ਅਮੈਰੀਕਾ ਦੇ ਸੂਬੇ ਕੈਲੀਫੋਰਨੀਆ ਦੀ। ਸੋ ਮੇਰਾ ਤੁਹਾਨੂੰ ਇਹ ਦੱਸਣ ਦਾ ਤਾਂ ਮਤਲਬ ਸੀਗਾ, ਕਿਉਂ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਵੀ ਇੱਕ ਤੋਂ ਇੱਕ ਪੁਰਾਣੇ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਜਾਂ ਜਿਵੇਂ ਪੁਰਾਣੀਆਂ ਗੱਡੀਆਂ ਨੇਗੀਆਂ ਉਹ ਦੇਖੋਗੇ, ਹੈ ਨਾ। ਉਹ ਦੱਸਣ ਦਾ ਕੀ ਮਤਲਬ ਹੈ ਵੀ ਅਮੈਰੀਕਾ ਦੇ ਵਿੱਚ ਇੱਕ ਦਿਨ ਉਹਨਾਂ ਵੱਲੋਂ ਐਸਾ ਮੇਲਾ ਲਗਾਇਆ ਜਾਂਦਾ ਹੈ ਵੀ ਜਿਸ ਦਿਨ ਮੰਨ ਲਓ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਨੇ ਉਹਨਾਂ ਕੋਲ ਜੋ ਵੀ ਪੁਰਾਣੀ ਮਸ਼ੀਨਰੀ ਹੁੰਦੀ ਹੈਗੀ ਆਪਦੀ, ਜਾਂ ਜੋ ਵੀ ਕੋਈ ਪੁਰਾਣੇ ਜਿਵੇਂ ਕੋਈ ਪੁਰਾਣਾ ਟਰੈਕਟਰ ਹੋ ਗਿਆ, ਕੋਈ ਪੁਰਾਣੇ ਇੰਜਨ ਹੋ ਗਏ, ਕੋਈ ਪੁਰਾਣੇ ਬੋਰਵੈੱਲ ਹੋ ਗਏ, ਕੋਈ ਪੁਰਾਣਾ ਨਲਕਾ ਹੋ ਗਿਆ, ਜਾਂ ਕੋਈ ਵੀ ਮੰਨ ਕੇ ਚੱਲੋ ਉਹ ਹੋਣਗੇ, ਉਹ ਉੱਥੇ ਲਿਆ ਕੇ ਇੱਕ ਦਿਨ ਉਹਨਾਂ ਨੂੰ ਪ੍ਰਦਰਸ਼ਨੀ ਲਾਉਂਦੇ ਆ ਵੀ ਤਾਂ ਜੋ ਜਿਹੜੇ ਨਾਲ ਉਹਦੇ ਨਾਲ ਜਿਹੜੀ ਉਹਨਾਂ ਦੀ ਨਵੀਂ ਜਨਰੇਸ਼ਨ ਆ, ਨਵੇਂ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਉਹਨੂੰ ਦੇਖ ਸਕਣ, ਅਤੇ ਹੋਰ ਜਿਹੜੇ ਬਾਹਰਲੇ ਦੇਸ਼ਾਂ ਤੋਂ ਆ ਕੇ ਬਚੇ ਵਸੇ ਹੋਏ ਲੋਕ ਨੇ ਪ੍ਰਵਾਸੀ, ਉਹ ਵੀ ਦੇਖ ਸਕਣ। ਅਤੇ ਨਾਲ ਹੀ ਇਸ ਦੇ ਵਿੱਚ ਤੁਸੀਂ ਦੇਖੋਗੇ ਨਿਊ ਹੋਲੈਂਡ ਅਤੇ ਜੌਂਡੀਅਰ ਟਰੈਕਟਰ ਅਤੇ ਜੌਂਡੀਅਰਾਂ ਦੀ ਏਜੰਸੀ ਅਤੇ ਨਿਊ ਹੋਲੈਂਡ ਦੇ ਵੱਡੇ ਵੱਡੇ ਟਰੈਕਟਰ ਉਹਦੀ ਕੰਬਾਈਨ ਵੀ ਇਹ ਕਿੱਦਾਂ ਕੰਮ ਕਰਦੇ ਹੈਗੇ ਅਤੇ ਕੀ ਉਹ ਹੈਗੇ। ਅਤੇ ਸੋ ਬੇਨਤੀ ਹੈ ਅਤੇ ਵੀ ਤੁਹਾਨੂੰ ਵੀਡੀਓ ਪਸੰਦ ਆਊਗੀ, ਜੇਕਰ ਵੀਡੀਓ ਪਸੰਦ ਆਈ ਤਾਂ ਉਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਾਡੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਪੰਜਾਬ ਪੈਦਾਵਾਰ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਧੰਨਵਾਦ। ਆਓ ਦੇਖਦੇ ਹਾਂ ਵੀਡੀਓ।